ਸਸਕਾਰ ਜੀ, ਤੁਸੀਂ ਦੇਖ ਰਹੇ ਹੋ ਚਸਕਾ ਟੀਵੀ ਸੁੱਚਾ ਸੂਰਮਾ ਤੇ ਦਰਸ਼ਕ ਬਹੁਤ ਬੇਸਬਰੀ ਨਾਲ ਇਸ ਫਿਲਮ ਦੀ ਉਡੀਕ ਕਰ ਰਹੇ ਸੀਗੇ। ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਨੂੰ ਪਸੰਦ ਵੀ ਬਹੁਤ ਆ ਰਹੀ ਹੈ। ਟਰਾਲੀਆਂ ਟਰੈਕਟਰ ਭਰ ਭਰ ਕੇ ਪਿੰਡਾਂ ਦੇ ਵਿੱਚੋਂ ਦਰਸ਼ਕ ਫਿਲਮ ਵੇਖਣ ਜਾ ਰਹੇ ਆ। ਅਸੀਂ ਵੀ ਫਿਲਮ ਵੇਖੀ ਹੈਗੀ ਆ, ਨਾਲ ਮੇਰੇ ਕਲੀਗ ਜਸਵੰਤ ਸੇੜਾ ਇਹਨਾਂ ਨੇ ਵੀ ਫਿਲਮ ਵੇਖੀ, ਅਸੀਂ ਸਾਰੀ ਟੀਮ ਨੇ ਫਿਲਮ ਵੇਖੀ ਹੈਗੀ ਆ। ਤੇ ਬਈ ਪਹਿਲਾਂ ਤੁਸੀਂ ਦੱਸੋ ਵੀ ਤੁਹਾਨੂੰ ਫਿਲਮ ਕਿਵੇਂ ਲੱਗੀ ਹੈਗੀ? ਆਪਣੇ ਵੱਲੋਂ ਪਾਸ ਹੈ, ਜਿੰਨੀ ਕੁ ਪ੍ਰਮੋਸ਼ਨ ਸੀ ਜੋ ਬਣਾਇਆ ਜਾ ਰਿਹਾ ਸੀਗਾ ਵੀ ਹਾਂ ਇੱਕ ਪੀਰੀਅਡ ਮੂਵੀ ਆ, ਤੇ ਹਾਲੇ ਤੱਕ ਮੈਨੂੰ ਨਹੀਂ ਲੱਗਦਾ ਵੀ ਸਭ ਤੋਂ ਵੱਡੀ ਗੱਲ ਇਹ ਵੀ ਸੁੱਚੇ ਸੂਰਮੇ ਦੀ ਹਾਲੇ ਤੱਕ ਐਡੀ ਸੋਹਣੀ ਇਲੈਬੋਰੇਸ਼ਨ ਆਈ ਨਹੀਂ ਹੈਗੀ। ਵੀ ਸੁੱਚਾ ਸੂਰਮਾ ਦੇਖ ਰਹੇ ਸੀ, ਗਾਣੇ 'ਤੇ ਦੇਖਦੇ ਸੀਗੇ, ਉਹ ਆਉਂਦਾ ਸੀ ਗੋਲੀ ਮਾਰੀ ਖਤਮ, ਕਿਵੇਂ ਸ਼ੁਰੂ ਹੋਇਆ, ਕੀ ਰੀਜ਼ਨ ਸੀ, ਹਰ ਇੱਕ ਬੰਦੇ ਦਾ ਪੱਖ ਰੱਖਿਆ ਗਿਆ। ਸਭ ਤੋਂ ਸੋਹਣੀ ਚੀਜ਼ ਇਹ ਲੱਗੀ ਇਸ ਮੂਵੀ ਦੇ ਵਿੱਚ ਵੀ ਹਰ ਇੱਕ ਬੰਦੇ ਨੂੰ ਡਿਫਾਈਨ ਕਰਿਆ ਗਿਆ। ਜੇ ਹੁਣ ਆਪਾਂ ਉਸ ਅਕੋਰਡਿੰਗ ਚੱਲੀਏ ਤਾਂ ਕਿਤੇ ਨਾ ਕਿਤੇ ਜੋ ਉਹਨੇ ਦਿਖਾਇਆ ਹੋਇਆ ਵੀ ਲੇਡੀਜ਼ ਬਲਵੀਰੋ ਭਾਬੀ, ਜੇ ਆਪਾਂ ਮੂਵੀ ਨੂੰ ਧਿਆਨ ਨਾਲ ਦੇਖੀਏ ਤਾਂ ਉਸ ਪੁਆਇੰਟ ਆਫ ਵਿਊ ਤੇ ਆਪਣੇ ਪੁਆਇੰਟ ਆਫ ਵਿਊ ਤੇ ਉਹ ਵੀ ਸਹੀ ਹੈ, ਨਰਾਇਣਾ ਵੀ ਸਹੀ ਹੈ, ਬਿਲਕੁਲ ਸੁੱਚੇ ਦੀ ਚਲੋ ਜ਼ਿੰਮੇਵਾਰੀ ਸੀ ਉਹ ਸਹੀ ਹੈ, ਬਿਲਕੁਲ ਤੇ ਓਵਰਆਲ ਵੀ ਇਹ ਕਹਿ ਲਓ ਵੀ ਹਾਂ ਸਾਰੇ ਆਪਣੀ ਜਗ੍ਹਾ ਤੇ ਸਹੀ ਨੇ। ਜਿੱਦਾਂ ਇਮੇਜ ਬਣੀ ਹੋਈ ਸੀਗੀ ਜਦੋਂ ਵੀ ਇਹ ਕਹਾਣੀ ਸੁਣਦੇ ਸੁੱਚਾ ਸੂਰਮਾ ਦੀ, ਤਾਂ ਮੈਨੂੰ ਲੱਗਦਾ ਜਿਹੜਾ ਨੈਗੇਟਿਵ ਸ਼ੇਡ ਸਭ ਤੋਂ ਵੱਧ ਬਲਵੀਰੋ ਭਾਬੀ ਮੰਨਦੇ ਸੀ, ਬਲਵੀਰੋ ਭਾਬੀ ਤੇ ਕੁੱਕਰ, ਹਾਂ ਕੁੱਕਰ ਹਨਾ, ਤਾਂ ਉਹ ਵੀ ਉਹਨੇ ਕਰਤੀ ਉਹ ਚ। ਇਸ ਮੂਵੀ ਦੇ ਵਿੱਚ ਕਲੀਅਰੈਂਸ ਹੈਗੀ ਹੈ ਵੀ ਗਲਤ ਵੀ ਨੇ, ਗਲਤ ਵੀ ਨੇ ਹਾਂ, ਪਰ ਉਹਦੀ ਵੀ ਰੀਜ਼ਨ ਬਣ ਗਿਆ ਇੱਕ, ਬਿਲਕੁਲ ਬਿਲਕੁਲ ਦੌਰ ਦਾ ਫਰਕ ਲਾ ਲਓ, ਬਿਲਕੁਲ ਯਾਰੀ ਦੇ ਵਿੱਚ ਮਾਰ ਦੀ ਗੱਲ ਹੁੰਦੀ ਹੈ ਜਿਹੜੀ ਹਨਾ, ਜਾਂ ਔਰਤ ਦੀ ਬਦਕਾਰੀ ਦੀ ਜਿਹੜੀ ਗੱਲ ਹੁੰਦੀ ਹੈਗੀ ਆ, ਦੋਨੇ ਜਿਹੜੇ ਪੱਖ ਹੈਗੇ ਆ ਉਹ ਇੱਕ ਪੱਖ ਜਿਹੜਾ ਹੈਗਾ ਉਸੇ ਪੱਖ ਨਾਲ ਹੀ ਸਾਰੇ ਆਪਣੇ ਪੰਜਾਬੀ ਅਸੀਂ ਜਾਣਦੇ ਹੈਗੇ ਤੇ ਅਸੀਂ ਉਸੇ ਨੂੰ ਹੀ ਮੰਨਦੇ ਆ। ਮੈਨੂੰ ਲੱਗਦਾ ਨਾ ਆਪਣੇ ਸਿੱਧਾ ਸਿੱਧਾ ਸੀਗਾ ਵੀ ਕੁੱਕਰ ਗਲਤ ਆ ਜੀ ਤੇ ਬਲਵੀਰੋ ਭਾਬੀ ਗਲਤ, ਹਾਂ ਉਹਨਾਂ ਨੂੰ ਲੈਬਰੇਸ਼ਨ ਨਹੀਂ ਸੀਗੀ, ਹਾਂ ਉਹ ਹੈਗੀ ਹੈ। ਹਾਂ ਇਹ ਤਾਂ ਮੈਂ ਕਹੂੰਗਾ ਵੀ ਜਿਹਨੇ ਮੂਵੀ ਨਹੀਂ ਦੇਖੀ ਇੱਕ ਵਾਰ, ਜਿਹਨੇ ਸੁੱਚਾ ਸੂਰਮਾ ਪ੍ਰੋਪਰ ਨਹੀਂ ਸਟੋਰੀ ਪਤਾ, ਉਹਨੂੰ ਤਾਂ ਮੂਵੀ ਦੇਖਣੀ ਮਸਟ ਆ, ਬਿਲਕੁਲ ਠੀਕ ਹੈ ਜੀ। ਆਪਣੇ ਲਿਟਰੇ ਆਪਣਾ ਹਿਸਟਰੀ ਦੇ ਵਿੱਚ ਕਹਿ ਲਈਏ ਸੁੱਚੇ ਦਾ ਬਹੁਤ ਵੱਡਾ ਨਾਮ ਹੋਇਆ ਵੀ ਆਪਾਂ ਨੂੰ ਥੋੜੀ ਹਰ ਪੱਖ ਦਿਖਾਇਆ ਹੋਇਆ ਵੀ ਬਹੁਤ ਸੋਹਣੀ, ਅਮਿਤ ਔਜਮਾਨ ਜੀ ਨੇ ਬਹੁਤ ਸੋਹਣੀ ਅਲੈਬਰੇਸ਼ਨ ਦਿੱਤੀ ਇਸ ਮੂਵੀ ਨੂੰ। ਕੋਈ ਵੀ ਇੱਕ ਪੱਖ ਨਹੀਂ ਹੈਗਾ ਵੀ ਜਿਹੜਾ, ਜੇ ਕਹਿ ਦਈਏ ਵੀ ਜੇ ਸੁੱਚਾ ਸੂਰਮਾ ਫਿਲਮ ਦਾ ਨਾਮ ਹੈਗਾ ਤੇ ਸਿਰਫ ਸੁੱਚਾ ਸੂਰਮਾ ਨੂੰ ਹੀ ਦਿਖਾਇਆ ਗਿਆ ਜਾਂ ਉਸੇ ਦੀ ਹੀ ਕਹਾਣੀ ਇੱਕ ਪੇਸ਼ ਕੀਤੀ ਗਈ ਹੈਗੀ ਆ। ਜਿੰਨੇ ਕਰੈਕਟਰ ਉਹਦੇ ਨਾਲ ਮਿਲਦੇ ਸੀਗੇ ਜਾਂ ਜਿੰਨੇ ਕਰੈਕਟਰ ਉਹਦੇ ਆਲੇ ਦੁਆਲੇ ਸੀਗੇ, ਹਰੇਕ ਕਰੈਕਟਰ ਨੂੰ ਬਾਖੂਬੀ ਮੈਨੂੰ ਲੱਗਦਾ ਫਿਲਮਾਇਆ, ਬਖੂਬੀ ਦਿਖਾਇਆ ਗਿਆ ਹੈਗਾ ਤੇ ਉਹਨਾਂ ਦਾ ਪੱਖ ਵੀ ਦਿਖਾਇਆ ਗਿਆ। ਇਹ ਨਹੀਂ ਹੈਗਾ ਕਿ ਵੀ ਜੇ ਬਲਵੀਰੋ ਭਾਬੀ ਜਾਂ ਕੂਕਰ ਜਿਹੇ ਗਲਤ ਸੀਗੇ ਤਾਂ ਕਿਉਂ ਗਲਤ ਸੀਗੇ, ਹੈਨਾ ਉਹ ਰੀਜ਼ਨ ਪਿੱਛੇ ਦਿਖਾਏ ਗਏ ਹੈਗੇ ਆ। ਜੇ ਨਰਾਇਣਾ ਨਰਾਇਣਾ ਨੂੰ ਸਹੀ ਮੰਨਦੇ ਹੈਗੇ ਆ, ਨਰਾਇਣਾ ਸਹੀ ਆਪਦੀ ਥਾਂ ਤੇ ਉਹ ਵੀ ਸਹੀ ਹੈਗਾ, ਪਰ ਕਿਤੇ ਨਾ ਕਿਤੇ ਗਲਤੀਆਂ ਹੁੰਦੀਆਂ ਹਰੇਕ ਬੰਦੇ ਤੋਂ, ਤੇ ਉਹ ਕੱਲੇ ਕੂਕਰ ਜਾਂ ਬਲਵੀਰੋ ਦੀ ਗਲਤੀ ਨਹੀਂ ਹੈਗੀ, ਨਰਾਇਣੇ ਦੀ ਵਿੱਚ ਨਾਲ ਗਲਤੀ ਹੈਗੀ ਆ। ਤੇ ਉਹ ਇੱਕ ਚੀਜ਼ਾਂ ਜਿਹੜੀਆਂ ਸਾਰੇ ਪੱਖ ਜਿਹੜੇ ਦਿਖਾ ਕੇ ਤੇ ਫੇਰ ਕਿਤੇ ਉਹ ਨੇਪਰੇ ਚੜ੍ਹਦੀ ਆ ਜਿਹੜੀ ਫਿਲਮ, ਤੇ ਬਹੁਤ ਸੋਹਣਾ ਮੈਨੂੰ ਲੱਗਦਾ ਫਿਲਮਾਇਆ ਗਿਆ। ਉੱਤੋਂ ਗੱਲ ਅਮਿਤ ਔਜਮਾਨ ਦੀ ਕਰ ਲੈਂਦੇ ਹੈਗੇ ਬਾਈ ਜੀ, ਮੈਂ ਕਹਿੰਦਾ ਵੀ ਪੰਜਾਬੀ ਸਿਨੇਮਾ ਜਿੱਦੂ ਕਿੱਥੇ ਕਹਿ ਦਿੰਦੇ ਹੈਗੇ ਆ, ਤਾਂ ਤਿੰਨ ਚਾਰ ਇੰਟਰਵਿਊ ਟਾਈਪ ਦੇਖੇ ਤਾਂ ਉਹਨਾਂ ਨੇ ਗੱਲ ਕਰੀ ਸੀਗੀ ਵੀ ਜਦੋਂ ਸੁੱਚਾ ਸੂਰਮਾ ਦੇਖੋਗੇ ਤੁਹਾਨੂੰ ਫੀਲ ਆਊਗਾ ਉਸ ਟਾਈਮ ਦਾ, ਤੇ ਮੂਵੀ ਦੇਖਣ ਤੋਂ ਬਾਅਦ ਰੀਅਲ ਚ ਉਹ ਮੂਵੀ ਜੇ ਆਪਾਂ ਉਹਦੀ ਗੱਲ ਕਰੀਏ ਨਾ, ਮੂਵੀ ਬਣੀ ਹੋਈ ਆ ਤਾਂ ਪ੍ਰੋਪਰ ਉਸੇ ਫੀਲ ਦੇ ਵਿੱਚ ਹਰ ਇੱਕ ਚੀਜ਼ ਸਰਾਊਂਡਿੰਗ ਵੀ ਉਹਦੀ ਵੀ ਜਿਵੇਂ ਪਿੰਡ ਦਿਖਾਇਆ ਉਸ ਟਾਈਮ ਤੇ ਵਿਆਹ ਕਿਵੇਂ ਹੁੰਦੇ ਸੀਗੇ, ਉਹਨੇ ਕੱਲਾ ਕੱਲਾ ਉਹ
ਚੀਜ਼ ਬਰੀਕੀ ਨਾਲ ਕੰਮ ਕਰਿਆ ਹੋਇਆ। ਬਿਲਕੁਲ ਬਿਲਕੁਲ, ਬਹੁਤ ਬਰੀਕੀ। ਆਪਣੇ ਡਾਇਰੈਕਟਰ ਤੋਂ ਮੈਨੂੰ ਲੱਗਦਾ ਵੀ ਕਈ ਵਾਰੀ ਮਸਰਤ ਇਹ ਮੂਵੀ ਬਣਾਤੀ ਜੀ, ਬਿਲਕੁਲ ਆਹ ਇਹ ਟੌਪਿਕ ਹੈ ਜੀ, ਕੌਮਿਕ ਹੈ, ਆਹ ਐਕਸ਼ਨ ਹੈ, ਪਰ ਇੱਕ ਐਵੇਂ ਮੂਵੀ ਨੂੰ ਪ੍ਰੋਪਰ ਡਿਜ਼ਾਈਨ ਕਰਨਾ ਬਹੁਤ ਬੜਾ ਕੰਮ ਹੈ ਜੋ ਅਮਿਤਾਭ ਜਮਾਨ ਨੇ ਬਾਖੂਬੀ ਨਿਭਾਇਆ। ਬਿਲਕੁਲ, ਕਿਉਂਕਿ ਕਈ ਵਾਰੀ ਨਾ ਜਦੋਂ ਪੀਰੀਅਡ ਫਿਲਮਾਂ ਬਣਾਉਣੇ ਹੈਗੇ ਜਾਂ ਬਣਦੀਆਂ ਆਪਾਂ ਵੇਖਦੇ ਵੀ ਹੈਗੇ ਆ, ਉਹਦੇ ਵਿੱਚ ਉਹਨੂੰ ਮਤਲਬ ਐਕਸਟਰਾ ਆਰਡੀਨਰੀ ਕਰਨ ਵਾਸਤੇ ਕਈ ਵਾਰੀ ਉਹਦੀ ਬੈਕਗ੍ਰਾਉਂਡ ਲਾ ਲਈਏ ਜਾਂ ਉਹਦੇ ਸਾਊਂਡ ਇਫੈਕਟਸ ਲਾ ਲਈਏ ਜਾਂ ਉਹਦੀ ਵਿਜੂਅਲਾਈਜੇਸ਼ਨ ਲਾ ਲਈਏ, ਉਹ ਇਹੋ ਜਿਹੀ ਦਿਖਾਈ ਜਾਂਦੀ ਹੈਗੀ ਆ ਵੀ ਉਹਨੂੰ ਮਤਲਬ ਮੋਡਰਾਈਟ ਕਰ ਦਿੱਤਾ ਜਾਂਦਾ ਹੈਗਾ ਹਨਾ। ਪਰ ਇਸ ਫਿਲਮ ਦੇ ਵਿੱਚ ਜਦੋਂ ਤੁਸੀਂ ਦੇਖੋਗੇ ਤਾਂ ਉਹ ਮੋਡਰਾਈਜੇਸ਼ਨ ਕੁਛ ਨਹੀਂ ਹੈਗੀ ਉਸ ਫਿਲਮ ਦੇ ਵਿੱਚ, ਉਹੀ ਜ਼ਮਾਨਾ ਉਹੀ ਟਾਈਮ ਤੁਹਾਨੂੰ ਯਾਦ ਆਊਗਾ ਪ੍ਰੋਪਰ, ਕੋਈ ਫਾਲਤੂ ਫੈਕਟ ਨਹੀਂ, ਕੋਈ ਵਾਧੂ ਆਵਾਜ਼ਾਂ ਨਹੀਂ ਹੈਗੀਆਂ। ਜੇ ਡਾਂਗ ਦੀ ਆਵਾਜ਼ ਆ ਤਾਂ ਡਾਂਗ ਦੀ ਆਵਾਜ਼ ਹੀ ਸੁਣਦੀ ਹੈਗੀ, ਚਪੇੜੇ ਦੀ ਆ ਤਾਂ ਚਪੇੜੇ ਦੀ ਆਵਾਜ਼ ਹੀ ਸੁਣਦੀ ਹੈਗੀ ਆ। ਇਹ ਨਹੀਂ ਹੈਗਾ ਵੀ ਸਾਊਥ ਇੰਡੀਅਨ ਜਿਵੇਂ ਆਪਾਂ ਫਿਲਮਾਂ ਵੇਖਦੇ ਹੈਗੇ ਹਾਂ ਵੀ ਮਾਰਿਆ ਤਾਂ ਧੌੜ ਧੌੜ ਆਵਾਜ਼ਾਂ ਆਉਂਦੀਆਂ ਹੈਗੀਆਂ ਅਤੇ ਉਹ ਮਾਰਿਆ, ਐਕੂਰੇਟ ਜੋ ਅਸਲ ਚੀਜ਼ ਚੱਲਦੀ ਹੈਗੀ, ਮਤਲਬ ਨੈਚੁਰਲ ਜਿਹਾ ਪ੍ਰੋਗਰਾਮ ਲੱਗਦਾ ਹੈਗਾ ਅਤੇ ਬਹੁਤ ਸਵਾਦ ਆਉਂਦਾ ਵੇਖ ਕੇ। ਅਤੇ ਅਮਿਤਾਭ ਜਮਾਨ ਨੇ ਕਿਹਾ ਵੀ ਸੀਗਾ ਇੱਕ ਇੰਟਰਵਿਊ 'ਚ, ਅਸੀਂ ਸੁਣਿਆ ਵੀ ਉਹ ਕਹਿੰਦੇ ਵੀ ਕਹਿੰਦੇ ਵੀ ਜਦੋਂ ਤੁਸੀਂ ਵੇਖੋਗੇ ਨਾ ਤਾਂ ਤੁਹਾਨੂੰ ਇਹ ਨਹੀਂ ਲੱਗੂਗਾ ਵੀ ਤੁਸੀਂ ਫਿਲਮ ਵੇਖ ਰਹੇ ਹੋ, ਜੇ ਉੱਥੇ ਲੜਾਈ ਚੱਲ ਰਹੀ ਹੈ ਤੁਹਾਨੂੰ ਐਂ ਲੱਗੂਗਾ ਵੀ ਤੁਸੀਂ ਉਸ ਲੜਾਈ ਦਾ ਹਿੱਸਾ ਹੋ, ਤੁਸੀਂ ਉੱਥੇ ਵਿੱਚ ਬੈਠੇ ਹੋ। ਵਿੱਚ ਨਾ ਫੀਲ ਕਿਤੇ ਕਿਤੇ ਫੀਲ ਆ ਰਿਹਾ ਸੀ ਨਾ ਵੀ ਜਿਵੇਂ ਆਪਾਂ ਨਹੀਂ ਹੁੰਦੇ ਸੀ, ਛੋਟੇ ਹੁੰਦੇ ਸੀ ਘਰ ਦੇ ਦਿਖਾਉਂਦੇ ਹੁੰਦੇ ਸੀ ਵੀ ਪੁਰਾਣਾ ਕਲਚਰ ਐਵੇਂ ਦਾ ਸੀ, ਐਵੇਂ ਜੇ ਵਿਆਹ ਹੁੰਦੇ ਸੀਗੇ। ਮੈਨੂੰ VCR ਵਾਲੀ ਫੀਲਿੰਗ ਆ ਰਹੀ ਸੀਗੀ ਮੂਵੀ ਦੇਖ ਕੇ ਨਾ, ਵੀ ਜਿਵੇਂ VCR ਦੇ ਮੂਵੀ ਦੇਖ ਰਹੇ ਹਾਂ, PVR ਨਹੀਂ ਹੈ। ਬਿਲਕੁਲ, ਵੀ BGM ਤੇ ਵੀ ਬੈਕਗ੍ਰਾਉਂਡ 뮤직 ਦਾ ਵੀ ਪੂਰਾ ਯੋਗਦਾਨ ਹੁੰਦਾ ਫਿਲਮ ਦੇ ਵਿੱਚ, ਉਹ ਵੀ ਪ੍ਰੋਪਰ ਉਸ ਅਕੋਰਡਿੰਗ। ਬਿਲਕੁਲ, ਤੇ ਇੱਕ ਸਭ ਤੋਂ ਬੜੀ ਗੱਲ ਦੇਖੀ ਜਾਵੇ ਹਨਾ, ਜੇ ਆਪਾਂ ਗਾਣਿਆਂ ਦੀ ਗੱਲ ਕਰੀਏ, ਉਸ ਟਾਈਮ ਦੇ ਅਕੋਰਡਿੰਗ ਜੋ ਚੀਜ਼ਾਂ ਉਸ ਅਕੋਰਡਿੰਗ ਵੀ ਬੋਲੀਆਂ ਚੱਲਦੀਆਂ ਸੀ ਜਾਂ ਕੁਛ ਚੱਲਦਾ ਸੀ, ਉਹਨਾਂ ਨੂੰ ਵੀ ਗਾਣੇ ਬਣਾਇਆ ਗਿਆ, ਉਹਨਾਂ ਨੂੰ ਗਾਣੇ ਬਣਾਏ ਗਏ। ਬਿਲਕੁਲ, ਤੇ ਗਾਣੇ ਦੇ ਵਿੱਚ ਵੀ 뮤직 ਦੇ ਵਿੱਚ ਵੀ ਇੰਸਟਰੂਮੈਂਟਸ ਉਸ ਅਕੋਰਡਿੰਗ ਯੂਜ਼ ਹੋਏ ਨੇ ਵੀ ਫੀਲ ਆਵੇ ਵੀ। ਮੈਨੂੰ ਮੈਂ ਸੱਚੀ ਗੱਲ ਸਾਹਿਬ, ਮੈਨੂੰ ਐਂ ਫੀਲ ਹੋ ਰਿਹਾ ਸੀ ਮੈਂ ਬਹੁਤ ਪੁਰਾਣੀ ਫਿਲਮ ਦੇਖ ਰਿਹਾ ਵੀ ਜਿਹੜੀ ਜਿਵੇਂ 1980 ਚ ਬਣੀ ਵੀ ਹੋਵੇ। ਹਾਂ ਬਿਲਕੁਲ, ਵੀ ਬੇਸਿਕਲੀ ਉਸ ਟਾਈਮ ਦੀ ਫਿਲਮ ਦੇਖ ਰਹੇ ਹਾਂ। ਹਾਂ, ਪੀਰੀਅਡ ਫਿਲਮ ਜਿਹਨੂੰ ਬੇਸਿਕਲੀ ਕਿਹਾ ਜਾਵੇ, ਪੀਰੀਅਡ ਮੂਵੀ ਤਾਂ ਸੁੱਚਾ ਸੂਰ ਮਤਲਬ ਜਿਹੜੇ ਪੀਰੀਅਡ ਫਿਲਮ ਦੇ ਸ਼ੌਕੀਨ ਹੈਗੇ ਆ, ਜਾਂ ਮੈਂ ਕਹਿੰਦਾ ਮੈਂ ਤਾਂ ਇਹ ਵੀ ਕਹੂੰਗਾ ਕਿ ਜਿਹੜੇ 90-95 ਤੋਂ ਪਹਿਲਾਂ ਦੇ ਹੈਗੇ ਆ, ਉਹਨਾਂ ਨੇ ਉਹ ਦੌਰ ਵੇਖਿਆ ਵੀ ਹੋਇਆ, ਚਾਹੇ ਉਹ VCR ਜ਼ਰੀਏ ਵੀ ਕਹਿ ਦਈਏ ਜਾਂ ਉਸ ਤੋਂ ਪਹਿਲਾਂ ਵਾਲੇ ਨੇ ਤਾਂ ਅੱਖੀਂ ਵੇਖਿਆ ਹੈਗਾ ਹਨਾ। ਪਰ ਜਿਹੜਾ ਦੌਰ ਅੱਜ ਦੇ ਟਾਈਮ ਦੇ ਵਿੱਚ ਉਹ ਚੀਜ਼ ਜਿਹੜੀ ਪੇਸ਼ ਕਰਦੇ ਨੇ ਬਖੂਬੀ, ਮਤਲਬ ਖੂਬ ਹੂ ਤੁਹਾਨੂੰ ਲੱਗੇ ਕਿ ਹਾਂ ਯਾਰ ਵੀ ਇਹ ਚੀਜ਼ ਏਦਾਂ ਹੁੰਦੀ ਹੋਊਗੀ ਤੇ ਤੁਸੀਂ ਸੱਚ ਮੰਨੋ ਉਸ ਚੀਜ਼ ਦਾ। ਕਈ ਵਾਰੀ ਇਹ ਹੁੰਦਾ ਫਿਲਮਾਂ 'ਚ ਦਿਖਾਇਆ ਜਾਂਦਾ ਸੱਚ ਨਹੀਂ ਹੋਣਾ ਵੀ ਅੱਛਾ ਐਂ ਹੁੰਦਾ ਹੋਊਗਾ ਯਾਰ, ਪਰ ਉੱਥੇ ਸੱਚ ਆਉਂਦਾ। ਆਪਣੇ ਕੀ ਕਰਦੇ ਨੇ ਨਾ, ਪੀਰੀਅਡ ਮੂਵੀ ਵੀ ਚੱਲ ਰਹੀ ਹੁੰਦੀ ਆ ਨਾ, ਉਹਦੇ ਵਿੱਚ ਜਿਵੇਂ ਫਾਂਸੀ ਦੇਣੀ ਤਾਂ ਉਸ ਟਾਈਮ 'ਚ ਦੇ ਦਿੰਦੇ ਸੀਗੇ ਵੀ ਜਿਵੇਂ ਰੈਗੂਲਰ ਚੱਲਦਾ, ਇਹਨਾਂ ਨੇ ਪ੍ਰੋਪਰ ਉਹ ਸਟਾਈਲ ਰੱਖਿਆ ਵੀ ਹਾਂ ਗੱਡੇ ਤੇ ਖੜਾ ਕਰਕੇ ਮਾਰਿਆ ਵੀ ਪੁਲਿਸ ਕਿਵੇਂ ਦੀ ਹੁੰਦੀ ਆ ਉਹ ਵੀ ਦਿਖਾਇਆ, ਠੀਕ ਹੈ ਜੀ, ਸਾਰਾ ਕੁਛ ਮੇਰੇ ਵੱਲੋਂ ਵੀ ਓਵਰਆਲ ਆਪਣਾ। ਮੈਂ ਰਿਵਿਊ ਵੀ ਦੇਖ ਰਿਹਾ ਸੀਗਾ ਵੀ ਕੁਛ ਏਜਡ ਲੋਕ ਆ ਕੇ ਕਹਿ ਰਹੇ ਬਹੁਤ ਸੋਹਣੀ ਫਿਲਮ, ਤੇ ਨਵੀਂ ਮੰਡੀਰ ਕਹਿ ਰਹੀ ਹੈ ਵੀ ਬੱਬੂ ਮਾਨ ਕਰਕੇ ਦੇਖੀ ਹੈ ਵੀ ਕਮੀ ਕੱਢ ਦਿੱਤੀ ਜਾਂਦਾ। ਪਰ ਜੇ ਹੁਣ ਆਪਾਂ ਮੂਵੀ ਆਪ ਦੇਖਣ ਤੋਂ ਬਾਅਦ ਮੈਂ ਆਪ ਮੰਨਦਾ ਵੀ ਸ਼ਾਇਦ ਨਵੀਂ ਮੰਡੀਰ ਨੂੰ ਆਦਤ ਨਹੀਂ ਹੈਗੀ ਚੀਜ਼ਾਂ ਦੇਖਣ ਦੀ, ਇਹ ਰੀਜ਼ਨ ਹੋ ਸਕਦਾ ਵੀ ਉਹ ਕਿਤੇ ਨਾ ਕਿਤੇ ਅਕਸੈਪਟ ਨਹੀਂ ਕਰ ਪਾ ਰਹੇ ਪ੍ਰੋਪਰਲੀ ਉਹਨੂੰ। ਪਰ ਜਿਹੜੇ ਬਜ਼ੁਰਗ ਆ ਕੇ ਕਹਿ ਕੇ ਜਾ ਰਹੇ ਨੇ ਕਿ ਫਿਲਮ ਬਹੁਤ ਸੋਹਣੀ, ਉਹ ਰਿਐਲਿਟੀ ਆ, ਉਹਨੂੰ ਲੱਗਣੀ ਹੈ ਕਿਉਂਕਿ ਉਹਨੂੰ ਪਤਾ ਹੈ ਉਵੇਂ ਦਾ ਦੌਰ ਸੀ, ਉਹ ਚੀਜ਼ਾਂ ਹੋਈਆਂ ਨੇ ਵੀ। ਦੂਜੀ ਗੱਲ ਇਹ ਵੀ ਬਹੁਤ ਸੋਹਣੀ ਮੈਨੂੰ ਲੱਗਦਾ ਨਿਕਲ ਗਏ ਹੈਗੇ ਪੰਜਾਬੀ ਇੰਡਸਟਰੀ ਦੇ ਵਿੱਚ, ਹਮੇਸ਼ਾ ਹੀ ਜਦੋਂ ਫਿਲਮ ਕੋਈ ਚੱਲਦੀ ਹੈਗੀ ਆ ਜਾਂ ਫਿਲਮ ਨੂੰ ਜੋ ਸਿਹਰਾ ਦਿੱਤਾ ਜਾਂਦਾ ਤਾਂ ਉਹ ਇੱਕ ਐਕਟਰ ਦੇ ਸਿਰੇ ਬੰਨ ਦਿੱਤਾ ਜਾਂਦਾ ਹੈ ਨਾ। ਤੇ ਇੱਥੇ ਵੀ ਮਤਲਬ ਇੱਕ ਇਹੀ ਸੀਗਾ ਵੀ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ, ਚਲੋ ਇਹ ਤਾਂ ਸੀਗਾ ਹੀ ਸੀਗਾ ਕਿ ਜਿਹੜੇ ਬੱਬੂ ਮਾਨ ਦੇ ਕੱਟੜ ਫੈਨ ਹੈਗੇ ਆ ਉਹ ਤਾਂ ਫਿਲਮ ਵੇਖਣਗੇ ਉਹਨਾਂ ਨੇ ਤਾਂ ਜਾਣਾ ਹੀ ਜਾਣਾ ਸੀਗਾ। ਪਰ ਉਸ ਤੋਂ ਬਾਅਦ ਜਿਹੜੀ ਚੀਜ਼ ਨਿਕਲ ਕੇ ਆਉਂਦੀ ਹੈਗੀ ਆ, ਸਭ ਤੋਂ ਵਧੀਆ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਜਦੋਂ ਪੜ੍ਹਦੇ ਹੈਗੇ ਆ, ਸਭ ਤੋਂ ਵਧੀਆ ਚੀਜ਼ ਨਿਕਲ ਕੇ ਆਉਂਦੀ ਅਮਿਤਾਭ ਜਮਾਨ ਦਾ ਸਿਨੇਮਾ।
ਹਨਾ, ਤੇ ਡਾਇਰੈਕਟਰ ਦੇ ਜ਼ਰੀਏ ਫਿਲਮ ਨੂੰ ਪਛਾਣਨਾ ਜਾਂ ਡਾਇਰੈਕਟਰ ਦੇ ਜ਼ਰੀਏ ਫਿਲਮ ਨੂੰ ਜਾਣਨਾ ਆਪਣੇ ਉਹ ਟ੍ਰੈਂਡ ਨਹੀਂ ਹੈਗਾ ਹਨਾ। ਆਪਣਾ ਆਪਣੇ ਕਿਉਂਕਿ ਜੋ ਆਪਣਾ ਪੰਜਾਬੀ ਇੰਡਸਟਰੀ ਦਾ ਜੋ ਟ੍ਰੈਂਡ ਹੈਗਾ ਉਹ ਐਕਟਰਸ ਤੋਂ ਫਿਲਮ ਨੂੰ ਜਾਣਿਆ ਜਾਂਦਾ ਹੈਗਾ, ਪਰ ਡਾਇਰੈਕਟਰ ਤੋਂ ਫਿਲਮ ਨੂੰ ਜਾਣਨਾ ਮੈਂ ਕਹਿੰਦਾ ਵੀ ਇਹ ਪੰਜਾਬੀ ਸਿਨੇਮੇ ਵਾਸਤੇ ਮਾਣ ਵਾਲੀ ਗੱਲ ਹੈ। ਬਾਈ ਜੇ ਤੁਸੀਂ ਇਹ ਕਹਿ ਲਈਏ ਨਾ ਵੀ ਤੁਹਾਨੂੰ ਪੂਰੀ ਮੂਵੀ ਬੈਠ ਕੇ ਦੁਬਾਰਾ ਦਿਖਾ ਦਈਏ ਵੀ ਕਿਹੜੇ ਕੈਰੇਕਟਰ ਚ ਕਮੀ ਲੱਗੀ, ਨਹੀਂ ਬਿਲਕੁਲ ਨਾ ਬਿਲਕੁਲ ਬੰਦਾ ਉਹਨੂੰ ਅਕਸੈਪਟ ਕਰ ਰਿਹਾ ਸੀਗਾ ਵੀ ਹਾਂ ਸੁੱਚਾ ਐਵੇਂ ਦਾ ਹੋਊਗਾ, ਕੁੱਕਰ ਐਵੇਂ ਦਾ ਹੋਊਗਾ, ਹਰ ਇੱਕ ਕਰੈਕਟਰ ਹਨਾ ਵੀ ਜਿਹੜੇ ਆਰਟਿਸਟ ਨੇ ਉਹਨੇ ਬਾਖੂਬੀ ਰੋਲ ਨਿਭਾਏ ਨੇ। ਬਿਲਕੁਲ ਜੱਗ ਦੀ ਗੱਲ ਕਰੀਏ, ਜੱਗ ਸਿੰਘ ਨੇ ਆਰਟਿਸਟ ਮੈਨੂੰ ਪਹਿਲੀ ਬਹੁਤ ਪਸੰਦ ਆਇਆ। ਸਿੱਧੀ ਜੀ ਗੱਲ ਦੱਸਾਂ ਵੀ ਕਿਤੇ ਨਾ ਕਿਤੇ ਬੇਸਿਕਲੀ ਤਾਂ ਇਹ ਵੀ ਸੀ ਸੁੱਚਾ ਸੂਰਮਾ ਦੇਖਣ ਦਾ ਵੀ ਜੱਗ ਸਿੰਘ ਹੈ, ਤੇ ਉਹਨੇ ਬਹੁਤ ਸੋਹਣਾ ਕਰੈਕਟਰ ਪਲੇ ਕੀਤਾ, ਕੋਈ ਕਮੀ ਨੀ ਛੱਡੀ। ਉਸ ਤੋਂ ਬਾਅਦ ਆਰਟਿਸਟ ਜਿਹੜੇ ਹੋਰ ਫੀਮੇਲ ਬਲਵੀਰੋ ਭਾਬੀ ਦਾ ਕਰੈਕਟਰ ਕੀਤਾ ਆਰਟਿਸਟ ਨੇ, ਉਹਨਾਂ ਦੇ ਵੀ ਜਿਵੇਂ ਮੈਂ ਪਹਿਲਾਂ ਵੀ ਉਹਦੇ ਕੁਛ ਮੂਵੀਜ਼ ਦੇਖੀਆਂ ਆਈਆਂ ਹੋਈਆਂ ਨੇ ਮੂਵੀਜ਼ ਉਹਨਾਂ ਦੀਆਂ, ਪਰ ਇਹ 101% ਸੀਗੀ ਵੀ ਹਾਂ ਉਹਦਾ ਮੈਨੂੰ ਲੱਗਦਾ ਬੈਸਟ ਆਊਟਪੁੱਟ ਦਿੱਤੀ ਹੋਈ ਹੈ ਫੀਮੇਲ ਵੀ। ਡਾਇਰੈਕਟਰ ਨੇ ਕੰਮ ਲੱਤਾ, ਚਾਹੇ ਉਹ ਕਹਿ ਲਈਏ ਲੋਕੇਸ਼ਨਾਂ ਚ, ਚਾਹੇ ਕਨਸੈਪਟ ਚ, ਚਾਹੇ ਆਰਟਿਸਟਾਂ ਚ, ਚਾਹੇ ਬੀਜੀਐਮ ਐਡੀਟਿੰਗ ਕੁਛ ਵੀ ਕਹਿ ਲਓ ਵੀ ਡਾਇਰੈਕਟਰ ਨੇ ਕਹਿ ਸਕਦੇ। ਜਿਵੇਂ ਮੈਂ ਕਹਿਣਾ ਹੁੰਦਾ ਨਾ ਤੈਨੂੰ ਦੱਸ ਦਿੰਦਾ ਮੈਂ ਅੱਗੇ ਵੀ ਯਾਰ ਤੂੰ ਉਹ ਡਾਇਰੈਕਟਰ ਦੀ ਫਿਲਮ ਦੇਖੀ, ਉਹ ਸਾਊਥ ਇੰਡੀਅਨ ਫਿਲਮਾਂ ਹੀ ਬਣਾਉਂਦਾ ਹੈ ਨਾ। ਬਿਲਕੁਲ ਆਪਾਂ ਉਹਦੀ ਗੱਲ ਕਰਦੇ ਨਾ, ਆਪਾਂ ਸਾਊਥ ਇੰਡੀਅਨ ਫਿਲਮਾਂ ਦੇਖਦੇ ਸੀਗੇ ਡਾਇਰੈਕਟਰ ਦੇ ਅਕੋਰਡਿੰਗ ਵੀ ਯਾਰ ਐਟਲੀ ਨੇ ਕਰੀ ਹੈ ਵਧੀਆ ਹੀ ਹੋਊਗੀ, ਜਿਵੇਂ ਆਪਾਂ ਸ਼ਾਹਰੁਖ ਖਾਨ ਦੀ ਦੇਖੀ ਵੀ ਐਟਲੀ ਨੇ ਕਰੀ। ਬਿਲਕੁਲ ਉਹ ਚੀਜ਼ ਆਪਾਂ ਪੰਜਾਬ ਚ ਪਹਿਲੀ ਵਾਰ ਕਹਿ ਸਕਦੇ ਹਾਂ ਵੀ ਹਾਂ ਯਾਰ ਅਮਿਤ ਔਜਲਾਨ ਨੇ ਫਿਲਮ ਬਣਾਈ ਹੈ। ਬਿਲਕੁਲ ਇਹ ਚੀਜ਼ ਆ ਗਈ ਕਿਉਂਕਿ ਹੀਰੋ ਏਰਾ ਤਾਂ ਚਲੋ ਬੱਬੂ ਮਾਨ ਦਾ ਹੀਰੋ ਏਰਾ ਤਾਂ ਉਹ ਤਾਂ ਹੈਗਾ ਹੀ ਹੈਗਾ, ਉਸ ਚ ਕੋਈ ਦੋ ਰਾਏ ਨਹੀਂ, ਕੋਈ ਸ਼ੱਕ ਨਹੀਂ ਹੈਗਾ। ਪਰ ਇੱਕ ਡਾਇਰੈਕਟਰ ਦਾ ਜਿਹੜਾ ਵਿਜ਼ਨ ਹੈਗਾ, ਉਸ ਡਾਇਰੈਕਟਰ ਦਾ ਪਤਾ ਹੀ ਹੈ, ਜਿਹੜੀ ਸੁੱਚਾ ਸੂਰਮਾ ਕਹਾਣੀ ਹੈਗੀ ਆ ਦੋ ਬੰਦਿਆਂ ਦੀ ਯਾਰੀ ਤੇ, ਤੇ ਉਸ ਤੋਂ ਬਾਅਦ ਉਹਦੀ ਗਦਾਰੀ ਤੇ ਉਸੇ ਇੱਕ ਲੜੀ ਨੂੰ ਲੈ ਕੇ ਚੱਲਦੀ ਹੈਗੀ ਆ। ਪਰ ਜਿਵੇਂ ਇਹਦਾ ਕਰੈਕਟਰ ਜਿਹੋ ਜਿਹਾ ਕਰੈਕਟਰ ਸਿਰਜਣਾ ਚਾਹੀਦਾ ਸੀਗਾ, ਜਿਹੋ ਜਿਹਾ ਕਰੈਕਟਰ ਉਹਦੇ ਬਰਾਬਰ ਦਾ ਹੋਣਾ ਚਾਹੀਦਾ ਸੀਗਾ, ਉਹ ਹੀਰੋ ਦੇ ਬਰਾਬਰ ਦਾ ਕਰੈਕਟਰ ਨਿਕਲ ਕੇ ਆਇਆ ਜਿਹੜਾ ਕੂਕਰ ਜੱਗ ਸਿੰਘ ਦਾ ਕਰੈਕਟਰ। ਤੇ ਬਾਈ ਮੈਂ ਜੱਗ ਸਿੰਘ ਨੇ ਬਾਕਮਾਲ ਐਕਟਿੰਗ ਕੀਤੀ ਆਪਣੇ ਕੋਲ ਨਾ। ਆਪਾਂ ਵੀ ਹੁਣ ਤੱਕ ਜਿੰਨੀ ਪੰਜਾਬੀ ਫਿਲਮ ਆਈ ਹੈ ਨਾ, ਮੈਂ ਤੈਨੂੰ ਸਾਰੀਆਂ ਮੇਰੇ ਕੋਲ ਬਹਿ ਜਾ, ਮੈਂ ਸਾਰੇ 'ਚ ਗਣਾ ਦਊਂਗਾ ਵੀ ਉਹਦਾ ਅਲਟਰਨੇਟਿਵ ਲੈ ਸਕਦੇ, ਉਹ 'ਚ ਇਹਨੂੰ ਅਲਟਰਨੇਟਿਵ ਲੈ ਸਕਦੇ। ਦੇਖ ਕੇ ਫੀਲ ਹੀ ਨਹੀਂ ਹੋ ਰਿਹਾ ਸੀ ਵੀ ਇਹਨੂੰ ਅਲਟਰਨੇਟਿਵ ਦੀ ਲੋੜ ਹੈ। ਪਰਫੈਕਟ ਕਰੈਕਟਰ, ਪਰਫੈਕਟ ਕਰੈਕਟਰ, ਠੋਕ ਕੇ ਲੱਤੇ ਹੋਏ ਕਰੈਕਟਰਸ ਹੈ ਨਾ। ਤੇ ਲੈਂਗੁਏਜ ਤੇ ਜਿਹੜਾ ਉਹਨੇ ਕਿਸੇ ਇੰਟਰਵਿਊ 'ਚ ਬੋਲਿਆ ਸੀ ਨਾ ਵੀ ਲੈਂਗੁਏਜ ਤੇ ਬਹੁਤ ਕੰਮ ਕੀਤਾ ਹੋਇਆ, ਬਿਲਕੁਲ ਉਹ ਦਿਖ ਰਿਹਾ, ਦਿਖ ਰਿਹਾ, ਦਿਖ ਰਿਹਾ, ਬਿਲਕੁਲ ਉਹ ਪਤਾ ਲੱਗ ਰਿਹਾ ਵੀ ਹਾਂ ਵੀ ਪੁਰਾਣੀ ਪੰਜਾਬੀ ਚੱਲ ਰਹੀ ਹੈ ਜਿਹੜੀ ਅੱਜ ਕੱਲ ਮਿਸ ਹੋਈ ਹੋਈ ਹੈ, ਠੇਠ ਹਾਂ ਉਹ ਪੰਜਾਬੀ ਸੀਗੀ। ਬਿਲਕੁਲ ਬਿਲਕੁਲ ਵੀ ਮੇਰੇ ਵੱਲੋਂ ਪਰਫੈਕਟ ਮੂਵੀ ਆ। ਬਿਲਕੁਲ ਬਿਲਕੁਲ, ਕਿਉਂਕਿ ਜਿਵੇਂ ਲੈਂਗੁਏਜ ਦੀ ਗੱਲ ਹੋਈ ਹੈਗੀ, ਕਿਉਂਕਿ ਇਹ ਮੰਨਿਆ ਪੰਜਾਬ ਦੇ ਵਿੱਚ ਇਹ ਮੰਨਿਆ ਜਾਂਦਾ ਕਿ ਜੇ ਸਭ ਤੋਂ ਠੇਠ ਜਿਹੜੀ ਬੋਲੀ ਪੰਜਾਬੀ ਰਹਿ ਗਈ ਹੈਗੀ ਤਾਂ ਮਾਲਵੇ ਦੀ ਹੈਗੀ ਹੈ ਨਾ। ਤੇ ਜੇ ਅੱਜ ਉਹ ਠੇਠ ਹੈਗੀ ਆ, ਤੇ ਉਹ ਜੇ ਅੱਜ ਤੋਂ ਪਹਿਲਾਂ ਦੀ ਜਦੋਂ ਦੀ ਇਹ ਏਰਾ ਹੈਗਾ, ਜਦੋਂ ਦੀ ਗੱਲਬਾਤ ਹੈਗੀ, ਉਦੋਂ ਕਿੰਨੀ ਠੇਠ ਹੋਊਗੀ। ਤਾਂ ਉਹ ਠੇਠ ਪੰਜਾਬੀ ਦਾ ਪੂਰਾ ਧਿਆਨ ਰੱਖਦੇ ਹੋਏ, ਉਹੀ ਸ਼ਬਦਾਵਲੀ, ਉਹੀ ਮੜਕ, ਉਹੀ ਚਾਲ ਚੱਲਣ ਉਹਨਾਂ ਦਾ, ਉਹੀ ਪਹਿਰਾਵਾ, ਹਰ ਇੱਕ ਪੱਖ ਤੋਂ ਫਿਲਮ ਨਿਪੁੰਨ ਲੱਗਦੀ ਹੈਗੀ ਆ। ਤੇ ਫਿਲਮ ਮੈਨੂੰ ਲੱਗਦਾ ਜਿਨ੍ਹਾਂ ਨੇ ਨਹੀਂ ਵੇਖੀ, ਵੈਸੇ ਤਾਂ ਕਹਿਣ ਦੀ ਸਾਡੀ ਕਹਿਣ ਦੀ ਲੋੜ ਹੀ ਨਹੀਂ ਹੈਗੀ, ਮੈਨੂੰ ਲੱਗਦਾ ਵੀ ਜਿਨ੍ਹਾਂ ਨੇ ਦੇਖਣੀ ਆ ਉਹ ਦੇਖਣੀ ਆ। ਤੇ ਬਹੁਤ ਸਾਰੇ ਲੋਕ ਵੇਖ ਵੀ ਚੁੱਕੇ ਹੈਗੇ ਆ, ਤੇ ਜਿਨ੍ਹਾਂ ਨੇ ਨਹੀਂ ਵੇਖੀ ਅਸੀਂ ਚਲੋ ਕਹਿ ਵੀ ਦਿੰਦੇ ਹਾਂ, ਤੁਸੀਂ ਵੇਖਿਓ ਜ਼ਰੂਰ, ਸਵਾਦ ਆਊਗਾ ਤੁਹਾਨੂੰ ਵੇਖ ਕੇ। ਫਿਲਮ ਜੇ ਵੇਖਣ ਗਏ ਹੋਏਗੇ ਫੈਮਿਲੀ ਸਮੇਤ ਜਾਓ, ਫੈਮਿਲੀ ਮੂਵੀ ਆ, ਕੋਈ ਵਾਧੂ ਘਾਟੂ ਕੋਈ, ਜਿਵੇਂ ਬਲਵੀਰੋ ਭਾਬੀ ਵਾਲਾ ਜਦੋਂ ਕਨਸੈਪਟ ਚੱਲ ਪੈਂਦਾ ਹੈਗਾ ਤਾਂ ਕਈ ਬੰਦਿਆਂ ਦੇ ਦਿਮਾਗ ਦੇ ਵਿੱਚ ਆਉਂਦੀ ਹੈਗੀ ਗੱਲ ਵੀ ਸ਼ਾਇਦ ਇਹ ਫਿਲਮ ਦੇ ਉਸ ਫੈਮਿਲੀ ਨਾਲ ਬਹਿ ਕੇ ਵੇਖਣ ਵਾਲੀ ਨਹੀਂ ਹੈਗੀ, ਪਰ ਫੈਮਿਲੀ ਨਾਲ ਬਹਿ ਕੇ ਵੇਖਣ ਵਾਲੀ ਹੈਗੀ ਆ। ਕੋਈ ਡਾਇਲੋਗ, ਕੋਈ ਗੱਲਬਾਤ, ਕੋਈ ਸੀਨ ਲੱਚਰਤਾ ਨਾਲ ਨਹੀਂ ਦਿਖੂਗਾ, ਸਾਫ਼ ਸੁਥਰੀ ਪੰਜਾਬੀ ਫਿਲਮ
ਕਲਾਸਿਕ ਸਿਨੇਮਾ ਜਿਹਨੂੰ ਕਹਿ ਸਕਦੇ ਹੈਗੇ ਆ, ਉਹ ਸਾਡੀ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਹੈਗਾ। ਤੇ ਇਹੋ ਜਿਹੀਆਂ ਫਿਲਮਾਂ ਹੋਰ ਵੀ ਬਣਨੀਆਂ ਚਾਹੀਦੀਆਂ, ਕਿਉਂਕਿ ਜਦੋਂ ਇਹੋ ਜਿਹੀਆਂ ਫਿਲਮਾਂ ਬਣ ਗਈਆਂ ਤਾਂ ਸਾਡੀ ਪੰਜਾਬੀ ਇੰਡਸਟਰੀ ਦਾ ਮਿਆਰ ਹੋਰ ਉੱਚਾ ਹੋਊਗਾ, ਬਿਜ਼ਨਸ ਵਧੂਗਾ। ਜਿਹੜੇ ਕਲਾਕਾਰਾਂ ਨੂੰ ਕੰਮ ਨਹੀਂ ਮਿਲ ਰਿਹਾ ਹੈਗਾ, ਥੀਏਟਰ ਨਾਲ ਜੁੜੇ ਹੋਏ ਆਰਟਿਸਟ ਹੈਗੇ ਆ, ਉਹਨਾਂ ਨੂੰ ਕੰਮ ਨਹੀਂ ਮਿਲਦਾ, ਜਦੋਂ ਇਹੋ ਜਿਹੀਆਂ ਫਿਲਮਾਂ ਆਉਣਗੀਆਂ ਤਾਂ ਡਾਇਰੈਕਟਰ ਪ੍ਰੋਡਿਊਸਰਸ ਨੂੰ ਪਤਾ ਹੋਊਗਾ ਕਿ ਸਾਨੂੰ ਇੱਥੇ ਇਸ ਕਰੈਕਟਰ ਦੀ, ਇਸ ਐਕਟਿੰਗ ਦੀ, ਇਸ ਤਰ੍ਹਾਂ ਦੀ ਐਕਟਿੰਗ ਦੀ ਲੋੜ ਹੈਗੀ ਹੈ, ਤੇ ਉਹਨਾਂ ਨੂੰ ਕੰਮ ਮਿਲੂਗਾ ਤੇ ਉਹ ਅੱਗੇ ਆਉਣਗੇ। ਤੇ ਬਹੁਤ ਸਾਰੇ ਸਿਨੇਮੇ ਦੇ ਵਿੱਚ ਕੰਮ, ਬਿਜ਼ਨਸ ਵਧੂਗਾ ਤੇ ਨਾਲੇ ਐਕਟਰ ਨਵੇਂ ਤੋਂ ਨਵੇਂ ਜਿਹੜੇ ਸਾਡੇ ਸਾਹਮਣੇ ਆਉਣਗੇ। ਜਿਹੜੇ ਵੀ ਪੰਜਾਬ ਦੀ ਜੋ ਇਮੇਜ ਚੱਲਦੀ ਪਈ ਹੈ, ਨਸ਼ਾ ਯੇਹ ਵੋ, ਉਹਨੂੰ ਇੱਥੇ ਕਿਹੋ ਜਿਹੇ ਸੂਰਮੇ ਹੋਏ ਉਹ ਦਿਖਾਉਣ ਦਾ ਮੌਕਾ ਵੀ ਮਿਲੂਗਾ। ਬਿਲਕੁਲ ਬਿਲਕੁਲ, ਉਹ ਮਿਲੂਗਾ ਤਾਂ ਹੀ ਜੇ ਇੱਦਾਂ ਦੀਆਂ ਫਿਲਮਾਂ ਬਣਨਗੀਆਂ, ਠੀਕ ਹੈ ਜੀ। ਤੇ ਆਪਾਂ ਨੂੰ ਪਿਆਰ ਦੇਣਾ ਪੈਣਾ ਫਿਲਮਾਂ ਨੂੰ, ਤਾਂ ਹੀ ਇੱਦਾਂ ਦੀਆਂ ਫਿਲਮਾਂ ਬਣਨਗੀਆਂ। ਬਿਲਕੁਲ, ਜੇ ਆਪਾਂ ਹੀ ਨਹੀਂ ਦੇਖ ਪਾਵਾਂਗੇ, ਆਪਾਂ ਹੀ ਨਹੀਂ ਦੇਖਾਂਗੇ, ਤਾਂ ਉਹਨੂੰ ਕੋਈ ਕਲੈਕਸ਼ਨ ਨਹੀਂ ਹੋਊਗੀ, ਤਾਂ ਬੰਦਾ ਕਿਉਂ ਬਣਾਊਗਾ? ਨਹੀਂ ਤਾਂ ਫਿਰ ਆਪਾਂ ਉਸੇ ਦੌਰ ਚ ਘੁੰਮਦੇ ਰਹਿ ਜਾਂਗੇ ਜੀ। ਹਾਂ, ਨਸ਼ੇ ਦੀ ਫਿਲਮ ਬਣ ਗਈ ਜੀ, ਕਲਾਕਾਰ ਦੀ ਫਿਲਮ ਆ ਬਸ। ਮੇਰੇ ਵੱਲੋਂ ਇਹ ਹੈ ਵੀ ਏਦਾਂ ਦੀ ਫਿਲਮਾਂ ਜਲਦੀ ਤੋਂ ਜਲਦੀ ਅਮਿਤਾਭ ਜਮਾਨ ਨੂੰ ਹੋਰ ਦੋ ਤਿੰਨ ਬਣਾਉਣੀਆਂ ਚਾਹੀਦੀਆਂ। ਬਿਲਕੁਲ ਬਣਾਉਣੀਆਂ ਚਾਹੀਦੀਆਂ, ਕਿਉਂਕਿ ਜਿਹੜੀ ਅੱਜ ਦੀ ਪੀੜ੍ਹੀ ਹੈਗੀ ਉਹਨੂੰ ਲੋੜ ਹੈ ਸੁਨੇਹਿਆਂ ਦੀ, ਚੰਗੇ ਮੈਸੇਜਾਂ ਦੀ, ਚੰਗੀ ਦਿਸ਼ਾ ਦੀ, ਹੈਨਾ। ਜਿਹੜੀ ਹਿਸਟਰੀ ਤੋਂ ਉਹ ਸਾਰੀਆਂ ਚੰਗੀਆਂ ਚੀਜ਼ਾਂ ਨਾ ਆਉਣੀਆਂ ਸਾਡੀ ਹਿਸਟਰੀ ਤੋਂ ਹੀ ਆ, ਕਿਉਂਕਿ ਸਾਨੂੰ ਜੇ ਪਤਾ ਹੋਊਗਾ ਨਾ ਵੀ ਸਾਡੀ ਪਿਛੋਕੜ ਕੀ ਹੈ, ਸਾਡੇ ਦਾਦੇ ਪੜਦਾਦੇ ਕਰਦੇ ਕੀ ਰਹੇ ਆ। ਆਪਣੇ ਦਾਦੇ ਪੜਦਾਦੇ ਕਹਾਣੀਆਂ ਸੁਣਾਉਂਦੇ ਸੀ, ਠੀਕ ਹੈ ਜੀ। ਉਹਨਾਂ ਵਾਲੀ ਜਨਰੇਸ਼ਨ ਨੇ ਕਹਾਣੀਆਂ ਦਾ ਪਤਾ ਨਹੀਂ ਨਹੀਂ ਪਤਾ, ਠੀਕ ਹੈ। ਆਪਣੇ ਇੰਟਰਸਟ ਕਿਤੇ ਤਾਂ ਵੀ ਸੀ, ਆਪਾਂ ਛੋਟੇ ਹੁੰਦੇ ਸੁਣੀ ਹੋਈ ਹਾਂ, ਉਹ ਆਪਾਂ ਨੂੰ ਅੱਜ ਦੇਖਣ ਨੂੰ ਮਿਲ ਗਈਆਂ। ਆਪਾਂ ਉਹ ਬੇਸਿਸ ਵੀ ਲਾ ਲਈਏ ਦੇਖਣਗੇ, ਜ਼ਰੀਆ ਚਾਹੇ ਬੱਬੂ ਮਾਨ ਬਣਿਆ, ਠੀਕ ਹੈ ਜੀ, ਵੀ ਇੱਕ ਫੇਸ ਚਾਹੀਦਾ ਸੀਗਾ, ਉਹ ਬੱਬੂ ਮਾਨ ਸੀ। ਪਰ ਮੂਵੀ ਦੇਖਣ ਤੋਂ ਬਾਅਦ ਵੀ ਮੈਂ ਇਹ ਗੱਲ ਕਹਿਣਾ ਵੀ ਜੇ ਐਵੇਂ ਦੇ ਹੋਰ ਜਿਵੇਂ ਸਰਾਊਂਡਿੰਗ ਉਹਨੇ ਆਰਟਿਸਟ ਹੀ ਲੱਤੇ ਨੇ, ਇੱਦਾਂ ਦੀਆਂ ਚੀਜ਼ਾਂ ਹੋਰ ਬਣਨ, ਆਪਾਂ ਕੌਮਿਕ ਚੋਂ ਬਾਹਰ ਆਈਏ, ਜਾਲੀ ਐਕਸ਼ਨ ਚੋਂ ਬਾਹਰ ਆਈਏ, ਜਾਲੀ ਕੌਮਿਕ ਚੋਂ ਬਾਹਰ ਆਈਏ, ਤੇ ਆਪਣੀ ਜਿਹੜੀ ਹਿਸਟਰੀ ਆਪਾਂ ਨੂੰ ਪੜ੍ਹਾ ਨਹੀਂ ਸਕੇ ਸਕੂਲਾਂ 'ਚ ਜਾਂ ਕਿਤੇ ਨਹੀਂ ਅਲਾਊਡ ਹੈਗੀ, ਉਹ ਐਵੇਂ ਸਿਨੇਮਾ ਦੇ ਜ਼ਰੀਏ ਲੋਕਾਂ ਤੱਕ ਜਾਵੇ, ਤੇ ਇਹੋ ਜਿਹੀਆਂ ਫਿਲਮਾਂ ਹੋਰ ਬਣਨ, ਤੇ ਆਪਾਂ ਦੇਖੀਏ, ਆਪਾਂ ਨੂੰ ਵੀ ਪਤਾ ਹੋਵੇ। ਜਦੋਂ ਸੁੱਚੇ ਦੀ ਐਂਟਰੀ ਨਹੀਂ ਹੁੰਦੀ ਹੈਗੀ, ਉਤੋਂ ਫੌਜ ਦੀ ਨੌਕਰੀ ਛੱਡ ਕੇ ਆਉਂਦਾ, ਉਦੋਂ ਇੱਕ ਤਰ੍ਹਾਂ ਇਹ ਫੀਲ ਸੀਗਾ ਵੀ ਹਾਂ ਸਵਾਦ ਆ ਰਿਹਾ ਸੀ, ਵੀ ਹਾਂ ਯਾਰ ਆਹ ਕਿਆ ਬਾਤ ਆ, ਆ ਗਿਆ ਆ ਗਿਆ ਉਹ ਫੀਲ। ਐਨ ਕਿ ਆਪਣੇ ਕੋਲ ਇਹੋ ਜਿਹੇ ਸੂਰਮੇ ਹੈਗੇ ਨੇ, ਪਰ ਇਹ ਹੈ ਵੀ ਉਹਨਾਂ ਦਾ ਕਿਤੇ ਅਤਾ ਪਤਾ ਨਹੀਂ। ਜਿਹੜੀ ਹਿਸਟਰੀ ਪਤਾ ਹੈ ਉਹ ਚਾਹੇ ਗਾਣੇ ਜਿੰਨਾ ਕੁ ਕਰ ਸਕਦੇ ਨੇ, ਆਪਣੇ ਗਾਣੇ ਵੀ ਗਲਤ ਕਹੇ ਜਾਂਦੇ ਨੇ, ਪਰ ਗਾਣੇ ਆਉਂਦੇ ਰਹਿੰਦੇ ਨੇ ਆਉਂਦੇ, ਪਰ ਇਹ ਹੈ ਵੀ ਉਹ 3 ਮਿੰਟ ਦੇ ਵਿੱਚ ਕਿੰਨੀ ਕੋਲੈਬੋਰੇਸ਼ਨ ਦੇ ਲੈਣਗੇ ਵੀ ਕੀ ਚੀਜ਼ ਹੈ। ਉਹਦੇ ਲਈ ਸਿਨੇਮਾ ਜ਼ਰੂਰੀ ਹੈ, ਜ਼ਰੂਰੀ ਹੈ, ਤੇ ਇਹੋ ਜਿਹਾ ਸਿਨੇਮਾ ਤਾਂ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਵੀ ਜਿਹੜਾ ਐਡੀ ਮੋਟੀਵੇਟ ਹੋ ਰਹੇ ਸੀ ਅੰਦਰ। ਮਤਲਬ ਫਿਲਮ ਵੇਖਦੇ ਹੋਏ ਨਾ ਮੈਨੂੰ ਤਾਂ ਇਹੀ ਮਹਿਸੂਸ ਹੋਇਆ ਕਿ ਯਾਰ ਫਿਲਮ ਬਹੁਤ ਛੇਤੀ ਮੁੱਕ ਗਈ, ਐਂ ਲੱਗਿਆ, ਪਤਾ ਹੀ ਨਹੀਂ ਲੱਗਿਆ ਕਿਵੇਂ ਟਾਈਮ ਸਾਰਾ ਲੰਘ ਗਿਆ, ਕਦੋਂ ਇੰਟਰਵੈਲ ਲੰਘਿਆ, ਕਦੋਂ ਪੂਰੀ ਫਿਲਮ ਲੰਘੀ, ਕੋਈ ਪਤਾ ਨਹੀਂ ਲੱਗਦਾ। ਅੱਜ ਕੱਲ ਨਾ ਇੱਜ਼ਤ ਮਜ਼ਾਕ ਬਣ ਕੇ ਰਹਿ ਗਈ, ਫਿਲਮ ਦੇ ਵਿੱਚ ਇੱਜ਼ਤ ਦੀ ਵੈਲਿਊ ਦਿਖਾਈ, ਵੈਲਿਊ ਦਿਖਾਈ ਹੈ, ਬਿਲਕੁਲ ਠੀਕ ਹੈ। ਸਭ ਤੋਂ ਮੇਨ ਗੱਲ, ਸਭ ਤੋਂ ਮੇਨ ਟੌਪਿਕ ਇਹ ਹੈ ਵੀ ਇਹ ਜੀ ਫਿਲਮਾਂ ਤਾਂ ਹੱਦੋਂ ਵੱਧ ਪ੍ਰਮੋਟ ਹੋਣੀ ਚਾਹੀਦੀ ਹੈ ਬੰਦੇ ਨੂੰ। ਯਾਰ ਜੇ ਇੱਕ ਬੰਦਾ ਇੱਜ਼ਤ, ਚਲੋ ਇੱਕ ਬੰਦਾ ਵੀ ਮੈਂ ਆਪਾਂ ਇੱਜ਼ਤ ਭੁੱਲ ਗਿਆ, ਪਰ ਸਾਹਮਣੇ ਨੂੰ ਤਾਂ ਪਤਾ ਹੋਣਾ ਚਾਹੀਦਾ ਸਾਡਾ ਪੰਜਾਬੀ ਇੱਜ਼ਤ ਕਰਦੇ ਕਿੰਨੀ ਹੈ ਤੇ ਕਿੰਨੀ ਕਰਦੇ ਸੀ। ਉਹ ਸਿਨੇਮਾ ਇਹ ਹੈਗਾ ਹੈ ਵੀ ਜਿਹੜਾ ਮੈਨੂੰ ਲੱਗਦਾ ਵੀ ਜੇ 10 ਬੰਦੇ ਫਿਲਮ ਦੇਖਣ ਜਾ ਰਹੇ, ਇੱਕ ਅੱਧਾ ਤਾਂ ਆਪਣੇ ਖੁਦ ਦੇ ਜ਼ਮੀਰ ਨੂੰ ਵੀ ਗਾਲਾਂ ਤੇ ਕੱਢਦਾ ਹੋਊਗਾ ਜਿਹਨੇ ਕੋਈ ਗਲਤੀ ਕਰੀ ਹੋਊ। ਸਹੀ ਗੱਲ, ਵੀ ਐਸਾ ਸਿਨੇਮਾ ਬਹੁਤ ਜ਼ਰੂਰੀ ਹੈ। ਬਿਲਕੁਲ ਬਿਲਕੁਲ, ਇਹੋ ਜਿਹੇ ਜਿਹੜੇ ਸਿਨੇਮੇ ਹੈਗੇ ਚੰਗੀ ਸਿਹਤ ਦੇ ਨਾਲ, ਅਸੀਂ ਪੰਜਾਬੀ ਹਾਂ, ਅਸੀਂ ਕਿਹੋ ਜਿਹੇ ਪੰਜਾਬੀ, ਕਿਹੋ ਜਿਹੇ ਪੰਜਾਬੀ, ਇਹ ਇੱਕ ਇਹੋ ਜਿਹਾ ਸਿਨੇਮਾ ਹੀ ਆਪਾਂ ਨੂੰ ਦੱਸ ਸਕਦਾ ਵੀ ਆਪਾਂ ਆਹ ਪੰਜਾਬੀ ਹਾਂ ਤੇ ਆਪਾਂ ਕਿਹੜੇ ਰਾਹ ਤੇ ਤੁਰੇ ਫਿਰਦੇ। ਇਹ ਸਿਨੇਮਾ ਇਸ ਲਈ ਮੇਰੇ ਅਕੋਰਡਿੰਗ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈਗਾ। ਜਾਗਦੀਆਂ ਜ਼ਮੀਰਾਂ ਵਾਲਾ ਸਿਨੇਮਾ, ਜਿਹੜੀਆਂ ਅੱਜ ਸੁੱਤੀਆਂ ਪਈਆਂ ਹੈਗੀਆਂ, ਉਹਨਾਂ ਨੂੰ ਜ਼ਰੂਰ ਹੁਲਾਰਾ ਦਊਗਾ, ਉਹਨਾਂ ਨੂੰ ਇੱਕ ਵਾਰੀ ਤਾਂ ਝੰਜੋੜੂਗਾ ਵੀ ਯਾਰ
ਇਹ ਕੀ ਕਰ ਰਹੇ ਹਾਂ, ਜੇ ਉਹ ਕੁਛ ਗਲਤੀ ਕਰ ਰਿਹਾ ਹੋਊਗਾ ਤਾਂ ਉਹਨੂੰ ਪਤਾ ਲੱਗੂਗਾ ਕਿ ਯਾਰ ਗਲਤੀ ਕਰ ਰਹੇ ਹੈਗੇ ਹਾਂ, ਅਤੇ ਹੋ ਸਕਦਾ ਉਹ ਸੁਧਾਰ ਵੀ ਲਵੇ। ਪਰ ਇਹਨਾਂ ਫਿਲਮਾਂ ਨੂੰ ਦੇਖਣ ਦੇ ਨਾਲ ਬਹੁਤ ਸਾਰੇ ਚੰਗੇ ਮੈਸੇਜ ਮਿਲਣਗੇ, ਚੰਗੀਆਂ ਸੇਧ ਮਿਲੂਗੀ, ਅਤੇ ਸਭ ਤੋਂ ਵੱਡੀ ਗੱਲ ਜਿਹੜੀਆਂ ਜ਼ਮੀਰਾਂ ਮਰੀਆਂ ਹੋਈਆਂ ਜਾਂ ਜਿਹੜੀਆਂ ਇੱਜ਼ਤਾਂ ਭੁੱਲੇ ਹੋਇਆ ਜਿਵੇਂ ਬਾਈ ਹੋਰਾਂ ਨੇ ਕਿਹਾ ਗਿਆ, ਉਹ ਯਾਦ ਆਉਣਗੀਆਂ ਦੁਆਰਾ, ਪਤਾ ਲੱਗੂਗਾ ਕਿ ਜਿਵੇਂ ਕੂਕਰ ਦਾ ਡਾਇਲੋਗ ਸੀਗਾ ਨਾ, ਕੂਕਰ ਦਾ ਇੱਕ ਡਾਇਲੋਗ ਹੈ ਨਾ, ਵੀ ਪਤਾ ਤਾਂ ਲੱਗੇ ਕੂਕਰ ਕਹਿੰਦੇ ਕਿਹਨੂੰ ਆ, ਉਹ ਵੀ ਇਹਦੇ ਵੀ ਜੇ ਫਿਲਮ ਵੇਖੋਗੇ ਤੁਹਾਨੂੰ ਵੀ ਪਤਾ ਤਾਂ ਲੱਗੂਗਾ ਨਾ ਵੀ ਇੱਜ਼ਤ ਤੇ ਅਣਖ ਕਹਿੰਦੇ ਕਿਹਨੂੰ ਆ। ਅਤੇ ਇਹਨੇ ਇੱਕ ਪੰਜਾਬ ਦੇ ਵਿੱਚ ਸ਼ੁਰੂ ਤੋਂ ਕਲਚਰ ਹੁੰਦਾ ਸੀ, ਉਹ ਖਤਮ ਹੋ ਗਿਆ ਪਿਛਲੇ 10-15 ਸਾਲਾਂ 'ਚ, ਪੂਰੀ ਫੈਮਿਲੀ 'ਚ ਇੱਕ ਬੰਦੇ ਦਾ ਪੂਰਾ ਰੋਹਬ ਹੁੰਦਾ ਸੀ, ਯੂ ਆਪਾਂ ਜਿੰਨਾ ਮਰਜ਼ੀ ਗੰਦ ਪਾਈ ਜਾਈਏ ਵੀ ਜਦੋਂ ਪਤਾ ਵੀ ਹਾਂ ਦਾਦਾ ਚਲੋ ਸਾਰਿਆਂ ਨੂੰ ਪਿਆਰ ਕਰਦਾ ਹੁੰਦਾ, ਇੱਕ ਅੱਧਾ ਕਰੈਕਟਰ ਹੁੰਦਾ, ਕਦੇ ਬਾਪੂ ਹੁੰਦਾ, ਕਦੇ ਚਾਚਾ ਹੁੰਦਾ, ਵੀ ਜਿਹਦੀ ਅੱਖ ਦੀ ਘੂਰ ਕਾਫੀ ਹੁੰਦੀ ਹੈ, ਜਿਵੇਂ ਉਹ ਵੀ ਫਿਲਮ 'ਚ ਚੀਜ਼ ਦਿਖਾਈ ਗਈ ਕਿ ਸੁੱਚੇ ਦੀ ਘੂਰ ਕਾਫੀ ਸੀ, ਬਲਬੀਰੋ ਭਾਬੀ ਜਦੋਂ ਕੰਟਰੋਲ 'ਚ ਹੋ ਗਈ ਜਦੋਂ ਆ ਗਿਆ, ਹੈ ਨਾ, ਤਾਂ ਵੀ ਸ਼ਾਇਦ ਆਪਣੇ ਖਾਨਦਾਨ 'ਚ ਵੀ ਉਹ ਬੰਦੇ ਇੱਕ ਦੁਬਾਰਾ ਸੁਰ ਵੀ ਉੱਠ ਖੜਨ, ਵੀ ਹਾਂ ਜਿੰਨੇ ਪੂਰੀ ਫੈਮਿਲੀ ਕੰਟਰੋਲ ਕਰਨੀ, ਬਿਲਕੁਲ ਇਹ ਵੀ ਜ਼ਰੂਰੀ ਹੈ ਇੱਕ ਪਾਰਟ ਆਪਣੀ, ਉਹ ਚੀਜ਼ਾਂ ਕਰਕੇ ਮੈਨੂੰ ਲੱਗਦਾ ਲੋਕ ਜ਼ਿਆਦਾ ਓਪਨ ਹੋ ਗਏ, ਕਲਚਰ ਦੇ ਵਿੱਚੋਂ ਹੀ ਜ਼ਰੂਰੀ ਨੇ, ਬੋਲ ਮਿਲਾ ਕੇ ਬਾਰ ਬਾਰ ਆਪਾਂ ਨੂੰ ਆਪਣੇ ਕਲਚਰ ਪ੍ਰਮੋਟ ਕਰਨਾ ਪਊਗਾ ਤਾਂ ਪਤਾ ਲੱਗੂਗਾ ਵੀ ਆਪਾਂ ਕਿਹੜੇ ਪੰਜਾਬੀ ਹਾਂ, ਸਭ ਤੋਂ ਵੱਡੀ ਗੱਲ ਹੈਗੀ ਆ ਗੱਲਾਂ ਵਾਲੇ ਪੰਜਾਬੀ ਰਹਿ ਗਏ ਆਪਾਂ, ਜਿਹੜੀ ਹਵਾ ਦਿਖਾਈ ਜਾਂਦੀ ਹੈ ਵੀ ਯਾਰ ਆਹ ਸੀ ਉਹ ਸੀ, ਇਹੋ ਜਿਹੇ ਬੰਦੇ ਵੀ ਪੈਦਾ ਹੋਏ ਨੇ ਵੀ ਇੱਜ਼ਤ ਦੀ ਇੰਨੀ ਵੈਲਿਊ ਹੁੰਦੀ ਹੈ, ਇਹ ਚੀਜ਼ਾਂ ਵੀ ਜ਼ਰੂਰੀ ਨੇ, ਬਿਲਕੁਲ, ਤੇ ਇਹੋ ਜਿਹੇ ਸਿਨੇਮਾ ਬਣੂਗਾ ਤਾਂ ਹੀ ਪ੍ਰਮੋਟ, ਬਿਲਕੁਲ। ਸਭ ਤੋਂ ਵੱਡੀ ਗੱਲ ਨਾ ਫਿਲਮ ਦੇ ਵਿੱਚ ਇੱਕ ਚੀਜ਼ ਇਹ ਵੀ ਹੈਗੀ ਕਿ ਯਾਰੀ 'ਚ ਗਦਾਰੀ ਵਾਲੀ ਕੰਸੈਪਟ ਨੂੰ ਬਹੁਤ ਪਹਿਲਾਂ ਲਿਆ ਜਾਂਦਾ ਜਦੋਂ ਸੁੱਚਾ ਸੂਰਮਾ ਦੇਖੀ ਜਾਂਦੀ ਹੈਗੀ ਹੈ, ਪਰ ਯਾਰੀ ਕਿਹੋ ਜਿਹੀ ਹੁੰਦੀ ਹੈਗੀ ਹੈ ਉਹ ਵੀ ਨਾਲ ਦਿਖਾਈ ਆ ਉਹਨਾਂ ਨੇ, ਹੈ ਨਾ, ਅਤੇ ਉਦੋਂ ਲਾਸਟ ਦੇ ਵਿੱਚ ਡਾਇਲੋਗ ਵੀ ਹੈਗਾ ਨਾ ਕਿ ਜਦੋਂ ਕੋਈ ਨਹੀਂ ਖੜਦਾ ਨਾਲ, ਹੈ ਨਾ, ਜਦੋਂ ਇੱਕ ਜਦੋਂ ਇਕੱਲੇ ਯਾਰ ਹੁੰਦੇ ਹੈਗੇ ਆ, ਯਾਰ ਜੇ ਇਕੱਠੇ ਹੈਗੇ ਆ ਤਾਂ ਉਹ ਫਿਰ ਚਾਹੇ ਗਲਤੀ ਕਿਸੇ ਤੋਂ ਵੀ ਹੁੰਦੀ, ਕੋਈ ਵੀ ਗਲਤੀ ਹੋ ਜਾਂਦੀ ਹੈਗੀ ਆ ਜੇ ਵੱਖਰੇ ਹੋ ਜਾਂਦੇ ਆ, ਤੇ ਉਹ ਪਿੱਛੇ ਜਿਹੜੀ ਸ਼ਹਿਰ ਦੇਣ ਵਾਲੇ ਹੈਗੇ ਨਹੀਂ ਖੜਦੇ, ਅਗਰ ਗਲਤੀ ਮੰਨ ਲੈਂਦਾ ਪਹਿਲੀ ਗੱਲ ਤਾਂ ਮੈਨੂੰ ਲੱਗਦਾ ਐਡੀ ਗੱਲ ਵਧਣੀ ਨਹੀਂ ਸੀ, ਜੋ ਐਲੈਬੋਰੇਸ਼ਨ ਹੋਈ ਅੱਜ ਦੀ ਡੇਟ ਦੇ ਵਿੱਚ ਇੱਥੇ ਤਾਂ ਗੱਲ ਪਹੁੰਚਣੀ ਨਹੀਂ ਸੀ, ਤੇ ਕੁੱਕਰ ਵੀ ਕਿਸੇ ਹੋਰ ਥਰਡ ਪਰਸਨ ਦੇ ਉਹਦੇ ਭਰੋਸੇ ਪਰ ਆ ਕੇ ਉਹਨੇ ਜ਼ਿਆਦਾ ਫੀਲਿੰਗ ਲੈ ਗਿਆ, ਜ਼ਿਆਦਾ ਲੈ ਗਿਆ, ਹਨ ਉਹ ਡਾਇਲੋਗ ਯਾਰ ਐਂਡ ਦੇ ਵਿੱਚ ਉਹਦੇ ਹਿੱਕ ਉੱਪਰ ਪੈਰ ਰੱਖ, ਹਾਂ, ਕਹਿੰਦਾ ਜਿਹਨੇ ਕਹਿੰਦਾ ਕਹਿੰਦਾ ਭੱਜ ਗਏ ਨਾਲ ਦੇ ਸਾਰੇ, ਕਹਿੰਦਾ ਜਿਹਨੇ ਖੜਨਾ ਸੀ ਉਹ ਤੇਰੀ ਹਿੱਕ ਤੇ ਪੈਰ ਰੱਖੀ ਖੜਾ, ਹਾਂ, ਜਿਹਨੇ ਤੇਰੇ ਨਾਲ ਕਰਨਾ ਸੀ ਉਹ ਤੇਰੀ ਰੱਖਾਈ ਹੋਈ, ਹਾਂ ਉਹ ਹੀ ਹੈ ਨਾ, ਕਿਉਂਕਿ ਉਹ ਸਭ ਉਹ ਉਸ ਡਾਇਲੋਗ ਦੇ ਵੀ ਮਾਇਨੇ ਪਹਿਲਾਂ ਬਣਾਏ ਆ, ਹੈ ਨਾ, ਉਹਨਾਂ ਨੇ ਵੀ ਪਹਿਲਾਂ ਕਿਉਂਕਿ ਉਹ ਵਾਰ ਵਾਰ ਇਹੀ ਪੁੱਛਦਾ ਨਾ ਸੁੱਚੇ ਤੋਂ ਕਿ ਕਿੱਥੇ ਆ ਤੇਰੇ ਹਮਾਇਤੀ, ਹੈ ਨਾ, ਫਿਰ ਉਹ ਤੋਂ ਪੈਦਾ ਵੀ ਹਾਂ ਹੁਣ ਤੇਰੇ ਕਿੱਥੇ ਹਮਾਇਤੀ, ਉਹ ਚੀਜ਼ ਹੈ ਨਾ ਜੋੜੀ ਹੋਈ, ਉਹ ਪੂਰੀ ਮਤਲਬ ਉਹ ਜੁੜੀ ਹੋਈ ਹੈਗੀ ਆ, ਫਿਰ ਉਸ ਤੋਂ ਬਾਅਦ ਜਿਹੜਾ ਡਾਇਲੋਗ ਆਉਂਦਾ ਹੈ ਕਿ ਜਿਹੜਾ ਜਿਹਨੇ ਤੇਰੇ ਨਾਲ ਕਰਨਾ ਸੀ ਉਹ ਤੇਰੀ ਹਿੱਕ ਤੇ ਪੈਰ ਰੱਖੀ ਖੜਾ, ਸੁੱਚੇ ਦੀ ਵੀ ਗਲਤੀ ਦਿਖਾਈ ਹੈ, ਜੇ ਗਲਤੀ ਬਲਵੀਰੋ ਭਾਬੀ ਦੀ ਦਿਖਾਈ ਹੈ, ਗੁੱਕਰ ਦੀ ਦਿਖਾਈ ਹੈ, ਨਰਾਇਣੇ ਦੀ ਦਿਖਾਈ ਹੈ, ਤਾਂ ਸੁੱਚੇ ਦੀ ਵੀ ਦਿਖਾਈ ਹੈ, ਉਹ ਇੱਕ ਪੁਆਇੰਟ ਤੇ ਸੁੱਚੇ ਨੂੰ ਪੁੱਛਦਾ ਵੀ ਹੁੰਦਾ, ਆਪਾਂ ਸਾਰੀ ਫਿਲਮ ਖੋਲ ਰਹੇ ਹਾਂ, ਇਹ ਵੀ ਗੱਲ ਗਲਤ ਨਹੀਂ, ਉਹ ਸੁੱਚੇ ਨੂੰ ਪੁੱਛਦਾ ਨੀ ਹੁੰਦਾ ਇੱਕ ਪੁਆਇੰਟ ਤੇ, ਕਹਿੰਦਾ ਵੀ ਨਾ ਜਾ ਸੁੱਚਿਆ ਨਹੀਂ ਤਾਂ ਗਲਤੀ ਹੋ ਜੂ, ਗਲਤੀ ਹੋ, ਤੇ ਅੱਗੇ ਸੁੱਚਾ ਉਹਨੂੰ ਕਹਿੰਦਾ ਵੀ ਕੋਈ ਚੱਕਰ ਨੀ ਤੂੰ ਗਲਤੀ ਮਾ ਕੇ ਦੇਖ ਲਾ, ਸਾਂਭ ਲਓ, ਇਹ ਚੀਜ਼ ਵੀ ਹਰ ਇੱਕ ਪੱਖੋਂ ਮੇਰੇ ਵੱਲੋਂ ਪਰਫੈਕਟ ਮੂਵੀ ਹੈ, ਹਾਂ, ਘੈਂਟ ਚੀਜ਼, ਮਤਲਬ ਕੋਈ ਵੀ ਦਿਲੋਂ ਉਹ ਨਹੀਂ ਚਾਹੁੰਦਾ ਸੀਗਾ ਗਲਤ ਹੋਣਾ, ਪਰ ਉਹ ਹਾਲਾਤ ਇਹੋ ਜਿਹੇ ਬਣਦੇ ਹੈਗੇ ਆ, ਸਿਰ ਦੇ ਹੈਗੇ ਆ, ਉਹ ਗਲਤੀ ਹੋ ਜਾਂਦੀ ਹੈਗੀ, ਇਹੋ ਜਿਹਾ ਡਾਇਲੋਗ ਬੱਬੂ ਮਾਨ ਬੋਲ ਦਿੰਦਾ ਨਾ, ਹਾਂ, ਬਸ ਉਸਤਾਦ ਬੋਲਦੇ, ਫਿਰ ਤਾਂ ਉਸਤਾਦ ਹੀ ਫਿਰ ਸਵਾਦ ਵਾਲੀ ਗੱਲ ਬਣ ਜਾਂਦੀ ਹੈਗੀ, ਇੱਕ ਉਹ ਇੰਦਰ ਦੇਵਤਾ ਉਹ ਬਹੁਤ ਸੋਹਣਾ ਡਾਇਲੋਗ ਹੈਗਾ, ਬਲਵੀਰੋ ਭਾਬੀ ਕਹਿੰਦੇ ਖੇਤਾਂ 'ਚ ਨੱਚਦੀ ਫਿਰਦੀ ਆ, ਕਹਿੰਦਾ ਕੀ ਗੱਲ ਇੰਦਰ ਦੇਵਤਾ, ਉਹ ਬੋਲਿਆ ਵੀ ਇੱਕ ਇਹੋ ਜਿਹੀ ਸ਼ਖਸੀਅਤ ਨੇ ਹੋਇਆ ਵੀ ਜਿਹਦੇ ਆਪਾਂ ਆਲਰੇਡੀ ਫੈਨ ਆ, ਉਹ ਹੋਰ ਵੀ ਸੋਹਣਾ ਲੱਗਦਾ, ਹੋਰ ਸੋਹਣਾ ਲੱਗਦਾ ਹੈਗਾ, ਤੇ ਸਭ ਤੋਂ ਵੱਡੀ ਮੇਨ ਗੱਲ ਇਹੀ ਹੈਗੀ ਆ ਬਾਈ ਜੀ, ਬਾਕਮਾਲ ਫਿਲਮ, ਬਾਗਲ ਬਾਕਮਾਲ ਸਿਨੇਮਾ, ਤੇ ਹਰ ਇੱਕ ਬੰਦੇ ਨੂੰ ਇਹੋ ਜਿਹੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ,
ਆਪ ਦਿਖਾਉਣੀਆਂ ਵੀ ਚਾਹੀਦੀਆਂ ਅੱਗੇ, ਤਾਂ ਕਿ ਜਿਹੜਾ ਪੰਜਾਬੀ ਸਿਨੇਮੇ ਨੂੰ ਹੁਲਾਰਾ ਮਿਲੇ, ਇਹੋ ਜਿਹੀਆਂ ਫਿਲਮਾਂ ਨੂੰ ਹੁਲਾਰਾ ਮਿਲੇ, ਪ੍ਰਮੋਟਰਸ ਨੂੰ ਪਤਾ ਲੱਗੇ ਕਿ ਹਾਂ ਜੇ ਅਸੀਂ ਇਹੋ ਜਿਹੀਆਂ ਫਿਲਮਾਂ ਬਣਾਉਣੇ ਹੈਗੀਆਂ ਤਾਂ ਲੋਕ ਹੁੰਗਾਰਾ ਦਿੰਦੇ ਆ ਤੇ ਹੋਰ ਬਣਾਈਏ ਫਿਰ ਉਹ ਜਿਹੀਆਂ ਫਿਲਮਾਂ। ਤੇ ਦੋ ਤਿੰਨ ਮਨ ਚ ਵਧੀਆ ਟੌਪਿਕ ਆਏ ਨੇ, ਬਹੁਤ ਸੋਹਣੇ। ਮੈਂ ਕਹਿੰਦਾ ਵੀ ਆਪਾਂ ਗੈਂਗਸਟਰ ਤੇ ਕੌਮਿਕ ਤੋਂ ਬਾਹਰ ਨਿਕਲ ਕੇ ਆਪਣੇ ਕੋਲ ਇਹ ਟੌਪਿਕ ਇੰਨੇ ਕੁ ਲੰਬੇ ਜਾ ਸਕਦੇ ਨੇ। ਬਿਲਕੁਲ ਬਿਲਕੁਲ। ਮਸਤਾਨੇ ਆਈ, ਬੀਬੀ ਰਜਨੀ ਆਈ, ਅਰਦਾਸ ਚੱਲ ਰਹੀ ਹੈ, ਮਤਲਬ ਅਰਦਾਸ 3 ਹੋ ਗਈ। ਠੀਕ ਹੈ ਜੀ, ਵੀ ਆਪਾਂ ਆਪਣਾ ਕਲਚਰ ਪਹਿਲਾਂ ਪ੍ਰਮੋਟ ਕਰੀਏ ਵੀ ਪੰਜਾਬੀ ਹੈਗੇ ਕੀ ਨੇ, ਤੇ ਜੇ ਪੰਜਾਬੀ ਅਸਲੀ ਦੁਨੀਆ ਨੂੰ ਦਿਖਾਉਣੇ ਆ ਵੀ ਅਸਲੀ ਪੰਜਾਬੀ ਸੀ ਕੌਣ। ਅੱਜ ਦੀ ਡੇਟ ਤਾਂ ਨਸ਼ੇੜੀ ਪੰਜਾਬੀ ਜਾਂ ਗੈਂਗਸਟਰ ਪੰਜਾਬੀ ਦਿਖਾਏ ਜਾ ਰਹੇ ਆ, ਕੁਛ ਵੀ ਕਹਿ ਲਈਏ, ਹਨਾ ਵੀ ਜਿਹੋ ਜਿਹਾ ਟ੍ਰੈਂਡ ਚੱਲ ਪਿਆ। ਬਿਲਕੁਲ ਬਿਲਕੁਲ। ਜੇ ਅਸਲੀ ਪੰਜਾਬ ਦਿਖਾਉਣਾ ਤੇ ਇਹੋ ਜਿਹਾ ਸਿਨੇਮਾ ਬਣਨਾ ਚਾਹੀਦਾ ਤੇ ਪ੍ਰਮੋਟ ਹੋਣਾ ਚਾਹੀਦਾ ਤੇ ਆਪਾਂ ਨੂੰ ਦੇਖਣਾ ਪਊਗਾ ਜਾ ਕੇ, ਤਾਂ ਕਿ ਹੋਰ ਲੋਕ ਬਣਾ ਸਕਣ। ਤੇ ਮੈਨੂੰ ਲੱਗਦਾ ਕਿ ਜਿਹੜੀ ਆਡੀਅੰਸ ਵੱਲੋਂ ਉਹਦੇ ਵੱਲੋਂ ਵੀ ਕੋਈ ਘਾਟ ਨਹੀਂ ਆ ਰਹੀ ਹੈ ਇਸ ਚੀਜ਼ ਤੇ। ਆਡੀਅੰਸ ਵੀ ਹੋਣੀ ਵੀ ਨਹੀਂ ਚਾਹੀਦੀ, ਪਰ ਕਿ ਆਡੀਅੰਸ ਦਾ ਮਤਲਬ ਕੋਈ ਇਹ ਨਹੀਂ ਹੈਗਾ, ਕਿਉਂਕਿ ਜੇ ਫਿਲਮਾਂ ਚੱਲ ਰਹੀਆਂ ਜਾਂ ਸੁਪਰ ਡੁਪਰ ਹਿੱਟ ਜਾ ਰਹੀਆਂ ਹੈਗੀਆਂ ਤਾਂ ਉਹ ਆਡੀਅੰਸ ਹੀ ਦੇਖ ਰਹੀ ਹੈ ਨਾ, ਉਹ ਕੋਈ ਬੋਰਡ ਤੱਕ ਜਾ ਕੇ ਵਿਖਾ ਨਹੀਂ ਰਹੇ ਉੱਤੇ, ਉਹ ਥੀਏਟਰਾਂ ਦੇ ਵਿੱਚ ਜਾ ਕੇ ਆਪ ਆਡੀਅੰਸ ਉੱਥੇ ਜਾ ਕੇ ਵੇਖ ਰਹੀ ਹੈ ਤੇ ਆਪ ਹੀ ਦੱਸ ਰਹੀ ਹੈ ਲੋਕਾਂ ਨੂੰ। ਰਿਵਿਊਜ਼ ਅਸੀਂ ਰੋਜ਼ ਦੇਖਦੇ ਹਰ ਇੱਕ ਮੂਵੀ ਦੇ, ਸੁੱਚਾ ਸੂਰਮਾ ਦੀ ਵੇਖ ਲਈਏ ਚਾਹੇ ਹੋਰ ਫਿਲਮਾਂ ਦੀ ਗੱਲ ਕਰ ਲਈਏ, ਹਰ ਇੱਕ ਮੂਵੀ ਦੇ ਰਿਵਿਊ ਨੇ ਤੇ ਲੋਕਾਂ ਨੇ ਖੁੱਲ੍ਹ ਕੇ ਰਿਵਿਊ ਦਿੱਤੇ ਹੋਏ ਆ। ਤੇ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਕਿ ਇਹੋ ਜਿਹੀਆਂ ਫਿਲਮਾਂ ਵੇਖੋ, ਸਾਨੂੰ ਤਾਂ ਇਜਾਜ਼ਤ ਤਾਂ ਅਸੀਂ ਬਹੁਤ ਗੱਲਾਂ ਬਾਤਾਂ ਮਾਰ ਲਈਆਂ ਹੈਗੀਆਂ ਤੇ ਤੁਸੀਂ ਜਾ ਕੇ ਫਿਲਮ ਦੇਖੋ। ਹਾਂਜੀ, ਜਾ ਕੇ ਫਿਲਮ ਦੇਖੋ। ਹਾਂ, ਤੁਸੀਂ ਜਾ ਕੇ ਫਿਲਮ ਦੇਖੋ ਤੇ ਇੰਨਾ ਕੁ ਇੰਟਰਸਟ ਤਾਂ ਸਾਡੀ ਗੱਲਾਂ ਨਾਲ ਵੀ ਬਣ ਗਿਆ ਹੋਊਗਾ। ਤੇ ਇੱਕ ਗੱਲ ਗਰੰਟੀ ਹੈ, ਜਿੰਨਾ ਬੋਲਿਆ ਸਾਰਾ ਸੱਚ ਹੈ ਜੀ, ਸਾਨੂੰ ਕੋਈ ਉਹ ਨਹੀਂ ਹੈਗਾ ਕਿ ਅਸੀਂ ਪੇਡ ਕੈਟਾਗਰੀ ਵਾਲੇ ਹਾਂ, ਪ੍ਰਮੋਸ਼ਨ ਕਰ ਦੋ। ਉਹ ਜਿਹੜਾ ਉਹ ਜੈਨੂਇਨ ਟਾਕ ਸੀਗੀ ਸਾਡੀ ਦੋਨਾਂ ਦੀ। ਹਿੰਦੀ ਫਿਲਮਾਂ ਹੋਣ ਦੇ ਨਾਤੇ ਕੋਈ ਝੂਠ ਨੀ ਹੈਗਾ, ਬਿਲਕੁਲ ਜੋ ਗੱਲਾਂ ਸੀਗੀਆਂ ਅਸੀਂ ਉਹੀ ਕੀਤੀਆਂ। ਤੇ ਜਰੂਰ ਵੇਖੋ, ਦੇਖਦੇ ਰਹੋ ਚਸਕਾ ਟੀਵੀ।